ਮੈਂ ਤਾਂ ਇੰਨਾ ਕਰਤੀਆਂ ਦੁਪਹਿਰ ਚ ਟਿਕਿਆ ਨੀ ਤੇ ਕੱਲ ਬਈ ਸੌਦਾ ਕਰੇ ਆਂਦਾ ਤਾ ਆਪਾਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਹੀਰਾ 855 'ਤੇ ਬਾਕੀ ਬਈ ਅੱਜ ਹੀਰੇ ਨਲਾਉਣ ਲੱਗੇ ਹਾਂ ਹੈ ਨਾ ਅਤੇ ਖਾਸਾ ਟਾਈਮ ਹੋ ਗਿਆ ਨਲਾ ਨਹੀਂ ਹੋਇਆ ਹੁਣ ਦਿਨ ਵੀ ਮੀਂਹ ਜਿਹੇ ਵਾਲੇ ਚੱਲਦੇ ਤੇ ਉਹਦੇ ਕਰਕੇ ਨਲਾਉਂਦੇ ਨਹੀਂ ਅਤੇ ਅੱਜ ਨਲਾਉਣ ਲੱਗੇ ਹਾਂ ਬਾਕੀ ਸਫਾਈ ਸਫੂਰੀ ਕਰਤੀ ਖਰਖਰਾ ਫੇਰਤਾ ਆਪਾਂ ਨੇ ਹੁਣ ਨਲਾਉਂਦੇ ਹਾਂ ਇਹਨੂੰ ਸ਼ੈਂਪੂ ਸ਼ੂਪੂ ਨਾਲ ਚੰਗੀ ਤਰ੍ਹਾਂ ਬਾਕੀ ਵਾਲ ਵੂਲ ਵੀ ਜਿਹੜੇ ਆ ਬਰਾਊਨ ਜਿਹੇ ਸਾਰੇ ਉੱਤਰ ਗਏ ਹੁਣ ਥੋੜ੍ਹੇ ਬਹੁਤੇ ਰਹਿੰਦੇ ਹਾਂ ਇਹ ਵੀ ਉੱਤਰ ਜਾਣੇ ਧੁੱਪ ਨਾਲ ਉੱਤਰੀ ਜਾਂਦੇ ਹਾਂ ਨਾਲ ਦੀ ਨਾਲ ਬਾਕੀ ਹੁਣ ਨਲਾਉਂਦੇ ਹਾਂ ਇਹਨੂੰ ਪੈਰ ਪੂਰ ਵੀ ਇਹਦੇ ਸਾਫ਼ ਕਰਨੇ ਆ ਚੰਗੀ ਤਰ੍ਹਾਂ ਚੱਕੀ ਪੁੱਤ ਪੈਰਾਂ 'ਚ ਪਾਣੀ ਪੂਣੀ ਨਹੀਂ ਵੱਜਿਆ ਚਮਕਾਉਂਦੇ ਸ਼ੈਂਪੂ ਵੀ ਲਾਉਣਾ ਇਹਦੇ ਅਤੇ ਉਹ ਤੋਂ ਬਾਅਦ ਦੇਖਦੇ ਹਾਂ ਜੇ ਟਾਈਮ ਹੋਇਆ ਸਾਹਿਬਾਂ ਨੂੰ ਵੀ ਨਲਾ ਦੀ ਗਿਆ ਉਹਨੇ ਬਾਕੀ ਥੋੜ੍ਹਾ ਜਿਹਾ ਉਹਦੇ ਪਰ ਹਜੇ ਡਾਊਟ ਰੱਖੀ ਜਾਂਦਾ ਵੀ ਟੈਂਪਰੇਚਰ ਫੇਰ ਨਾ ਘੱਟ ਜਾਵੇ ਤਾਂ ਕਰਕੇ ਉਹਦਾ ਥੋੜ੍ਹਾ ਜਿਹਾ ਮਾਂਜਾ ਮੰਨਦਾ ਨਹੀਂ ਹੈਗਾ ਨਲਾਉਣ ਨੂੰ ਅਤੇ ਹੀਰੇ ਦੀ ਪੂੰਜ ਦੇ ਬਈ ਵਾਲਾਂ ਦੀ ਸੈਟਿੰਗ ਜੀ ਕਰੀ ਦੀ ਆ ਦੇਖੋ ਹੁਣ ਸੋਹਣੇ ਲੱਗਦੇ ਆਹ ਚੀਜ਼ ਬਹੁਤ ਵਧੀਆ ਵੀ ਤੀ ਇੱਧਰ ਉੱਧਰ ਨੂੰ ਖੰਡੇ ਪਏ ਤੇ ਇਹ ਸੈਟਿੰਗ ਜੀ ਕਰਤੀ ਆਪਾਂ ਨੇ ਅਤੇ ਹੁਣ ਇਹਨਾਂ ਨੂੰ ਵੀ ਚਮਕਾਉਣਾ ਚੰਗੀ ਤਰ੍ਹਾਂ ਵਾਲ ਬਹੁਤ ਖਰਾਬ ਹੋਏ ਪਏ ਆ ਇਹਦੇ ਤੋਂ ਬਾਹਰ ਨਹੀਂ ਹੁੰਦੇ ਤੇ ਜੱਜ ਨਾਲ ਆਹ ਦੇਖ ਲਓ ਇਹਦੇ ਕੰਮ ਓਏ ਬਿੱਲ ਵੀ ਤੂੰ ਕਿਤੇ ਖਾਣਾ ਖੜੂੰਗਾ ਨਹੀਂ ਕਿਤੇ ਖੜ ਜਾ ਬੂਟੇ ਬਟੇ ਤਾਂ ਚੱਕ ਤੇ ਹੁਣ ਬੇਲਾਂ ਵੱਲ ਨੂੰ ਹੋ ਲਿਆ ਸਿੱਧਾ ਬਾਕੀ ਹੁਣ ਕਰਦੇ ਹਾਂ ਸ਼ੁਰੂ ਅਤੇ ਫਿਰ ਦੁਪਹਿਰ ਵਾਲਾ ਦਾਣਾ ਵੀ ਪਾਉਣਾ ਇਹਨੂੰ ਅਤੇ ਇੱਕ ਮੱਖ ਬਹੁਤ ਹੋਇਆ ਪਿਆ ਦੇਖੋ ਮੱਖ ਇਹਦਾ ਪਟਾਕਾ ਬੁਲਾ ਦਈਏ ਨਹੀਂ ਨਹੀਂ ਲੋਟ ਨਹੀਂ ਆਉਂਦਾ ਪੂਛ ਨਾਲ ਆਈ ਜਾਂਦਾ ਇਹਨੂੰ ਬਾਕੀ ਹੁਣ ਕਰਦੇ ਹਾਂ ਸ਼ੁਰੂ ਲਓ ਜੀ ਨਾ ਲਿਆ ਹੀਰਾ ਤਾਂ ਅਤੇ ਇਹ ਹੁਣ ਬਈ ਮੂੰਹ 'ਤੇ ਜਿਕਣਾ ਆਪਾਂ ਪਾਣੀ ਪਾਉਂਦੇ ਹੁੰਦੇ ਕੰਨਾਂ 'ਤੇ ਡਰਦੇ ਹੁੰਦੇ ਇਹ ਡਰਦਾ ਨਹੀਂ ਹੈਗਾ ਇਹਦੇ ਕੰਨਾਂ ਪਰ ਨਹੀਂ ਲੈ ਜਾਂਦਾ ਬਸ ਉਰੇ ਪੈਪ ਰੱਖ ਲੈਂਦਾ ਮੱਥੇ 'ਤੇ ਉਰੇ 'ਤੇ ਫਿਰ ਆਪਣੇ ਆਪ ਮੂੰਹ ਹੋ ਜਾਂਦਾ ਸਾਰਾ ਨਹੀਂ ਕੰਨਾਂ 'ਤੇ ਘੋਲ ਕਰਦੇ ਹਾਂ ਡਰਦਾ ਬਹੁਤ ਆ ਫਿਰ ਪਾਣੀ ਪੈ ਜਾਵੇ ਮਾੜਾ ਜਿਹਾ ਫਿਰ ਨਹੀਂ ਨੇੜੇ ਲੱਗਣ ਹੁੰਦਾ ਬਾਕੀ ਹੁਣ ਚਮਕਾਤਾ ਹੈ ਨਾ ਪੂੰਜ ਪਾਸ਼ ਵੀ ਧੋਤੀ ਅਤੇ ਆ ਵੀ ਵਾਲਾਂ ਨੂੰ ਸ਼ੈਂਪੂ ਸ਼ੂਪੂ ਲਾ ਤਾ ਹੁਣ ਫੁੱਕੇ 'ਤੇ ਬਾਹਵਾਂਗੇ ਇਹਦੇ ਅਤੇ ਇੱਕ ਆਹ ਕੰਨਾਂ ਵਾਲਾ ਰਹਿ ਗਿਆ ਹੁਣ ਕੰਨ ਦੇਖਦੇ ਕੱਲ੍ਹ ਕੁੱਲੂ ਕੰਨ ਸਾਫ਼ ਕਰਨੇ ਦੋਨਾਂ ਦੇ ਸਾਹਿਬਾਂ ਦੇ ਵੀ ਇਹਦੇ ਵੀ ਇਹਦੇ ਪਰ ਬੀਟੇ ਲਾਉਂਦੇ ਹੁੰਦੇ ਬਈ ਮਸ਼ੀਨ ਇਹ ਲੱਗਣ ਨਹੀਂ ਜਾਂਦਾ ਜਮਾਂ ਵੀ ਮਸ਼ੀਨ ਤਾਂ ਡਰਦਾ ਬਹੁਤ ਆ ਮਾੜਾ ਜਿਹਾ ਖੜਕੇ 'ਤੇ ਅਤੇ ਵਾਲ ਤਾਂ ਇੱਦਾਂ ਹੀ ਉੱਤਰਦੇ ਆ ਉਹ ਪਰ ਬੀਟ ਨਾਲ ਐਂ ਚੰਗੀ ਤਰ੍ਹਾਂ ਸਫਾਈ ਕਰ ਦਾਂਗੇ ਆਪਾਂ ਹੁਣ ਕਿਉਂਕਿ ਗਾਂ ਖੇਡਾਂ ਵੀ ਆ ਰਹੀਆਂ ਜਦ ਤੱਕ ਸਰੀਰ ਵੀ ਬਈ ਭਰ ਰਿਹਾ ਤਾਂ ਹੈ ਨਾ ਅਤੇ ਆਹ ਚੀਜ਼ ਤਾਂ ਬੱਖਿਆ ਬੁੱਖਿਆ ਲੁੱਕ ਗਈਆਂ ਹੁਣ ਆ ਰਹਿ ਗਏ ਹੱਡ 'ਚ ਇਹ ਵੀ ਥੋੜ੍ਹੇ ਜਿਹੇ ਟਾਈਮ 'ਚ ਲੁੱਕ ਜੂੰਗੇ ਹੁਣ ਦਾਣਾ ਤਾਂ ਚੱਲ ਰਿਹਾ ਪ੍ਰੋਪਰ ਬਸ ਇਹਦਾ ਆਹ ਨਜ਼ਾਰਾ ਏ ਐਂ ਕੁਛ ਨਹੀਂ ਕਹਿੰਦਾ ਜਿੱਕਣਾ ਮਰਜ਼ੀ ਹੱਥ ਲਾਈ ਜਾਓ ਬਾਹਰ ਜਾ ਕੇ ਤਾਂ ਹਜੇ ਕਣਕਾਉਂਦਾ ਏ ਘਰਾਂ ਨਹੀਂ ਕੁਛ ਵੀ ਕਹਿੰਦਾ ਅਤੇ ਬਾਕੀ ਬਈ ਜਿਹੜੀ ਫੀਡ ਪਾਉਂਦੇ ਆਪਾਂ ਉਹਦੇ ਨਾਲ ਤੁਸੀਂ ਬੋਡੀ ਚਮਕ ਦੇਖ ਸਕਦੇ ਰਿਜ਼ਲਟ ਤੁਹਾਡੇ ਸਾਹਮਣੇ ਹੀ ਆ
ਵੀ ਹੁਣ ਜੇ ਇਹਦੇ ਕਾਲ ਸਪਰ ਆ ਗਿਆ ਇਹ ਐਨ ਚਮਕਣਾ ਸ਼ੁਰੂ ਕਰ ਦੇਣਾ ਨਾ ਪਹਿਲਾਂ, ਕਿਉਂਕਿ ਖਰਖਰ ਨਹੀਂ ਫਿਰਦਾ ਤਾਂ ਉਹਦੇ ਕਰਕੇ, ਅਤੇ ਮੂਹਰੇ 'ਤੇ ਐਨ ਪ੍ਰੋਪਰ ਬਾਈ ਸ਼ੇਪ ਬਣ ਗਈ ਮੁੱਢਲੀ ਸਾਈਡ, ਆਹ ਸਾਰੇ ਮਾਸ ਮੂਸ ਵਧੀਆ ਚੜ੍ਹ ਗਿਆ ਚਰਬੀ, ਅਤੇ ਤੁਸੀਂ ਚਮਕ ਦੇਖ ਸਕਦੇ ਹਾਂ। ਹੜ ਵਿੱਚ ਇੱਕ ਆਹ ਮੱਖ ਤਾਂ ਬਹੁਤ ਤੰਗ ਕਰਦਾ, ਹਟੀ ਇੱਧਰ ਇੱਧਰ ਹੋ, ਇਹਨੂੰ ਉਲਟਾ ਕਰਨਾ ਪੈਂਦਾ ਜੀ, ਇੱਧਰ ਨੂੰ ਧੱਕੋਗੇ ਤਾਂ ਇੱਧਰ ਨੂੰ ਤਾਂ, ਹੁਣ ਦੇਖ ਲਓ ਤੁਸੀਂ ਚਮਕ ਐਂ ਲਸ ਲਸ ਕਰਦਾ ਪੈਂਦਾ ਬਾਈ, ਇਹ ਫੀਡ ਦੇ ਕਾਰਨ ਹੈ। ਆਹ ਦੇਖੋ ਆ ਗਿਆ ਇਹ, ਤੋੜ ਦੇ ਪਿੱਛੇ ਹਟ, ਹਟ ਪਿੱਛੇ ਚੱਲ ਉੱਧਰ ਉੱਧਰ ਚੱਲ 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 ਉੱਧਰ, ਆਹ ਕੰਮ ਕਰਾ ਲਓ ਇਹ ਤਾਂ ਜਿੰਨੇ ਕਰਾਉਣੇ, ਹਟ ਪੁੱਤ ਉੱਧਰ ਹਟ, ਹੀਰੇ ਉੱਧਰ ਹੋ, ਚੱਲ ਚੱਲ ਬਸ ਹੁਣ ਇੱਥੇ ਹੀ ਖੜੀ, ਠੀਕ ਆ ਉਰੀ ਖੜਨਾ ਤਾਂ ਨਾ ਦੇਖਿਓ ਬਸ, ਉਹ ਨਹੀਂ ਹਟ ਜਾਈ ਰੇ, ਉਹ ਤੂੰ ਇੱਧਰ ਹਟ, ਹੋ ਇੱਧਰ ਹਟ 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 ਇੱਧਰ ਆ, ਹਾਂ ਇੱਧਰ ਆ, ਇਹ ਮੱਖ ਨਹੀਂ ਲੋਟ ਆ ਰਿਹਾ ਤੇ ਮੱਖ ਇੱਧਰ ਹੀ, ਬਾਕੀ ਤੁਸੀਂ ਚਮਕ ਬਾਈ ਚੈੱਕ ਕਰ ਸਕਦੇ ਹਾਂ, ਅਤੇ ਜਿਹੜਾ ਗੁਲਾਬੀ ਪਾਣਾ ਉਹ ਦੇਖ ਲਓ ਵਿੱਚ ਕਿੰਨਾ ਆ ਰਿਹਾ, ਅਤੇ ਫੀਡ ਦਾ ਕਾਰਨ ਵੀ ਆ, ਬਾਕੀ ਸਾਰੀ ਚਮੜੀ ਵੀ ਆ ਮਹਿੰਦੀ ਆ, ਆਹ ਦੇਖੋ ਗੁਲਾਬੀ ਪਾਣਾ ਬਹੁਤ ਇਹਦੇ 'ਚ, ਕਿਉਂਕਿ ਇਹ ਵੀ ਖੂਨ ਜਾਂ ਪੂਰਾ ਕੈਲਸ਼ੀਅਮ ਪੂਰਾ ਫੇਰ ਬਣਦਾ ਇਹ ਵੀ, ਕਿਉਂਕਿ ਵਿੱਚ ਨੂੰ ਇਹ ਸਾਫ਼ ਦਿਖਣ ਲੱਗ ਗਿਆ, ਤਾਂ ਇੱਕ ਆਹ ਚੀਜ਼ ਹੋ ਗਈ, ਇੱਕ ਆਹ ਜੀਭ ਵਾਲਾ ਲੱਛਣ ਇਹਦਾ, ਆਹ ਚੀਜ਼ ਦੇਖੋ ਨੱਕ ਇਹਦਾ, ਆਹ ਨੱਕ ਦੇਖ ਇਹ ਵੀ ਐਨ ਗੁਲਾਬੀ ਹੋਇਆ ਪਿਆ, ਲੈ ਜੀਭ ਫੜਾ ਦੇ ਜੀਭ ਫੜਾਈ ਜੀਭ ਫੜਾਈ ਹੀਰੇ, ਉਹ ਆਹ ਰਸਤਾ ਨਹੀਂ ਖੋਲ੍ਹਣਾ, ਲੈ ਜੀਭ ਫੜਾ ਮੈਨੂੰ ਜੀਭ ਕੱਢੀ, ਜੀਭ ਤਾਂ ਕੱਢ ਦੇ ਕੱਢੀ, ਹੋ ਆਹ ਦੇਖ ਲਓ ਬਾਈ ਰੱਸਾ ਇਹ ਖਿਲਾਉਣ ਦਾ ਤਰੀਕਾ ਇਹਦਾ, ਆਹ ਕਰ ਲਿਆ ਨੇ ਐਂ ਬਾਹਰ, ਤੈਨੂੰ ਮੈਂ ਕਿਆ ਕਹਿੰਦਾ ਜੀਭ ਕੱਢ ਕੇ ਦਿਖਾ ਮੈਨੂੰ, ਜੀਭ ਦਿਖਾ ਪਹਿਲਾਂ ਜੀਭ ਦਿਖਾ, ਜੀਭ ਕਿੱਥੇ ਆ ਜੀਭ ਕਿੱਥੇ, ਹਰਾਮੀ ਆਉਦੀ ਚੱਲ ਫਿਰ ਚੱਲੀਏ, ਹੁਣ ਦਾਣਾ ਦੂਣਾ ਪਾਵਾਂ ਤੈਨੂੰ ਤੈਨੂੰ ਕਰਾਂ ਅੰਦਰ, ਸਾਹਿਬਾਂ ਤਾਂ ਭਾਈ ਹਵਾ ਚੱਲ ਗਈ ਥੋੜ੍ਹੀ ਜਿਹੀ, ਸਾਹਿਬਾਂ ਨੂੰ ਤਾਂ ਦੇਖਦੇ ਹਾਂ ਰਹਿਣ ਦੇਣਾ ਲੜਾਉਣ ਨੂੰ, ਅਤੇ ਇਹਨੂੰ ਦਾਣਾ ਸ਼ੁਰੂ ਕਰ ਦਿਓ, ਦਾਣਾ ਪਾ ਦਈਏ ਪਹਿਲਾਂ ਫਿਰ ਲੇਟਾ ਨਹੀਂ ਲਾਊਂਗਾ ਫਿਰ ਖੜਾ ਰਹੂ, ਬਾਕੀ ਤੁਸੀਂ ਉਹ ਮੱਖ ਚੈੱਕ ਕਰੋ ਬਾਈ ਕਿਵੇਂ ਚੜ੍ਹਦਾ ਏ, ਉਹ ਦੇਖੋ ਆ ਇਹਦੇ ਕਰਕੇ ਡਰ ਲੱਗਦਾ ਆਪਾਂ ਨੂੰ ਮੱਖ ਬਹੁਤ ਹੋ ਜਾਂਦਾ, ਪਾਤਾ ਬੜਾ ਗਾ ਬਹੁਤ ਬੜਾ ਬੜਾ ਮੱਖ ਹੋ ਜਾਂਦਾ ਭੈਣ, ਬਾਕੀ ਇਹਨੇ ਸਬਜ਼ੀਆਂ ਵਾਲਾ ਕੰਮ ਛੱਡਣਾ ਨੂੰ, ਇਹ ਤੋੜ ਕੇ ਗਾਲਾਂ ਪਾਉਣੀਆਂ ਪਾਉਣੀਆਂ ਹੁੰਦੀਆਂ ਮੈਨੂੰ, ਹਰ ਵਾਰੀ ਤਾਂ ਇਹੀ ਕੰਮ ਆ, ਉਹ ਤੁਨ ਚੱਲ ਹਟ ਉੱਧਰ, ਬੰਦਾ ਝੱਕਣ ਦੇ ਖੜ ਜਾ ਫੜ ਜਾ ਚੱਲ ਉੱਧਰ ਹਟ ਬਾਹਰ, ਕਿੱਥੇ ਡਰਦੀ ਹੈ ਮੈਨੂੰ ਵੀ, ਹੁਣ ਨੜਾ ਨੂੰ ਰੋਕ ਕੇ ਆਪਾਂ ਦਾਣਾ ਪਾ ਜਾਂਦਾ ਅਤੇ ਛੱਡਦੇ ਹਾਂ ਇੱਧਰ, ਹੁਣ ਚੱਲ ਮਿੱਤਰਾਂ ਚੱਲ ਖੋਲ ਦਿਓ ਹਾਂ।
ਤੇ ਆਪਾਂ ਨੇ ਬਾਈ ਅੱਜ ਤੇ ਮਸਾਲਾ ਵੀ ਸ਼ੁਰੂ ਕਰਤਾ ਜਿਹੜਾ ਤਾਂ ਮਸਾਲਾ ਤਾਂ ਨਾ ਆਹ ਦੇਖੋ ਵਿੱਚ ਮਸਾਲਾ ਸ਼ੁਰੂ ਕਰਿਆ ਹੁਣ ਦਿਨ ਵੀ ਠੀਕ ਹੋ ਗਏ ਗਰਮੀ ਨਹੀਂ ਹੈਗੀ ਬਹੁਤੀ ਹੁਣ ਅਤੇ ਘੋੜੀ ਨੂੰ ਵੀ ਅਤੇ ਇਹਨੂੰ ਵੀ ਜਿਹੜਾ ਬਣਵਾਇਆ ਤਾਂ ਆਪਾਂ ਨੇ ਬਾਕੀ ਜੇ ਕੋਈ ਨਵਾਂ ਵੀਰ ਉਹਨੂੰ ਵੀ ਦਿਖਾ ਦਿੰਦੇ ਆਪਾਂ ਉਹ ਵੀ ਤਾਂ ਚੱਲ ਰਿਹਾ ਡਾਇਮੰਡ ਹੀਰੇ ਦੀ ਫੀਡ ਪਲੈਟੀਨਮ ਸਾਹਿਬਾ ਵਾਲੀ ਅਤੇ ਆਪਾਂ ਹੁਣ ਸਾਹਿਬਾ ਨੂੰ ਪਾ ਲਈਏ ਇੰਨਾ ਕੁ ਪਾ ਦਿੰਦੇ ਹਾਂ ਕਿਲੋ ਹੋ ਜਾਂਦਾ ਬਈ ਤਾਂ ਬਾਕੀ ਜਿਹੜਾ ਮਸਾਲਾ ਬਣਾਇਆ ਤਾਂ ਅੱਜ ਤਾਂ ਫਿਰ ਸ਼ੁਰੂ ਆਹ ਪਿਆ ਮਸਾਲਾ ਆਪਣਾ ਇਹ ਇੰਨਾ ਕੁ ਪਾਉਣਾ ਆਪਾਂ ਨੇ ਇਹ ਆਪਾਂ ਨੇ ਇਕੱਠਾ ਹੀ ਬਣਵਾਇਆ ਤਾਂ ਬਾਈ ਦੋ ਤਿੰਨ ਮਹੀਨੇ ਦਾ ਵੀ ਲੰਘ ਜੂਗਾ ਟਾਈਮ ਅਤੇ ਤਾਂ ਹੁਣ ਇਹਨੂੰ ਚੱਲ ਰਹੀ ਹੈ ਹੀਰੇ ਦਾ ਥੈਲਾ ਪਿਆ ਬਾਈ ਫੀਡ ਦਾ ਸਾਹਿਬਾ ਵਾਲਾ ਹੱਥ ਮੂਣੇ ਦਾ ਫਿਰ ਆਪਾਂ ਲੈ ਕੇ ਆਵਾਂਗੇ ਹੁਣ ਫੀਡ ਵੀ ਜਾਵੇ ਧੁੱਪ ਅੱਜ ਨਿਕਲੀ ਵੀ ਐਨ ਪੂਰੀ ਪੂਰੀ ਵਧੀਆ ਧੁੱਪ ਲੈ ਵੀ ਸਾਹਿਬਾ ਆਹ ਲੱਤ ਨਹੀਂ ਹਟਦੀ ਇਹਦੀ ਹਜੇ ਚੱਲ ਹੋ ਸਕਦਾ ਦੇਖ ਲਾ ਤੂੜੀ ਭਰਤੀ ਉਹਦੇ 'ਚ ਖੜ ਜਾਵੇ ਸਫਾਈ ਕਰਨ ਦੇ ਬਾਕੀ ਇਹਦਾ ਇੱਕ ਹੋਰ ਸਾਹਿਬਾ ਦਾ ਕੋਲ ਖੜੀ ਰਹਿੰਦੀ ਆ ਉਹਦੇ ਮੱਛੀ ਤਾਂ ਕੁਛ ਨਹੀਂ ਖਾਂਦੀ ਹੈਗੀ ਇਹਦਾ ਵੀ ਦੇਖੋ ਤੁਸੀਂ ਗੁਲਾਬੀ ਗੁਲਾਬੀ ਪਾਉਣਾ ਬਹੁਤ ਸੋਹਣਾ ਇਹਨੇ ਨੁਕਰਾ ਬੱਚਾ ਚੰਗਾ ਦਊਂਗੇ ਇਹ ਬਾਕੀ ਹੁਣ ਲਵਾਂਗੇ ਤੋਂ ਬਚਾ ਬਈ ਬਛੇਰਾ ਬਛੇਰੀ ਜੋ ਵੀ ਦਊ ਕਰਮਾ 'ਚ ਹੋਊ ਉਹ ਮਿਲੂੰਗਾ ਆਪਾਂ ਚੰਗੇ ਘੋੜੇ ਤੋਂ ਮੀਟ ਕਰਾਵਾਂਗੇ ਇਹਨੂੰ ਪਰ ਪੂਰੀ ਤਿਆਰ ਕਰਕੇ ਗਿਆਰਵੇਂ ਮਹੀਨੇ 'ਚ ਦੇਖਦੇ ਹਾਂ ਗਿਆਰਵੇਂ ਮਹੀਨੇ ਤੱਕ ਐਨ ਪੂਰੀ ਤਿਆਰ ਕਰ ਦੇਣੀ ਅਤੇ ਦਿਨ ਵੀ ਵਧੀਆ ਹੁੰਦੇ ਆ ਫਿਰ ਉਹ ਦਿਨਾਂ 'ਚ ਆਪਾਂ ਨੇ ਮੀਟ ਕਰਾ ਦੇਣੀ ਹੈ ਠੀਕ ਆ ਸੈੱਟ ਇਹ ਵੀ ਵੈਸੇ ਦਿੰਦੇ ਦਿੰਦੇ ਵੱਢਣ ਲੱਗ ਗਈ ਕਈ ਵਾਰ ਲੱਤ ਵੀ ਚਲਾਉਣ ਲੱਗ ਗਈ ਹੈ ਹੁਣ ਹਾਂ ਨੂਰੀ ਉਰੇ ਆ ਆਹ ਦੇਖੋ ਬਈ ਕਿੰਨੀ ਮਾੜੀ ਜੀ ਹੁੰਦੀ ਤੀ ਹੁਣ ਕਿੰਨੀ ਸੋਹਣੀ ਹੋਈ ਵੀ ਆ ਹਟ ਜਾ ਹਟ ਜਾ ਹਟ ਜਾ ਹਟ ਜਾ ਹਾਂ ਹਾਂ ਨਾ ਨਾ ਮਾਰੀ ਮੇਰੇ ਹਟ ਜਾ ਹੱਥ ਨਹੀਂ ਚੱਟੀ ਦੇ ਚਲੋ ਬਾਕੀ ਹੁਣ ਇਹਨੂੰ ਵੀ ਦੇ ਦੇ ਨਲਾ ਦਿੰਦੇ ਹਾਂ ਗਰਮੀ ਵੀ ਬਹੁਤ ਅਤੇ ਇਹਨੂੰ ਪਾ ਕੇ ਦਾਣਾ ਦੂਣਾ ਫਿਰ ਆਪਾਂ ਵੀ ਬਾਕੀ ਬਈ ਆਪਾਂ ਹੁਣ ਨਾਲੀਆਂ 'ਚ ਜਿਹੜੀ ਸਪਰੇ ਕਰਦੀ ਹੈ ਹੀਰੇ ਦੇ ਨਾਲ ਕਹਿੰਦਾ ਕਿ ਜਿਹੜੀ ਉਹ ਆਪਣੇ ਘਰ ਦੇ ਨਾਲ ਨਾਲ ਆ ਸਾਰੇ ਕਿਉਂਕਿ ਬਰਸਾਤ ਦਾ ਟਾਈਮ ਆ ਸੱਪ ਸਰੋਪੀ ਦਾ ਪਤਾ ਨਹੀਂ ਹੁੰਦਾ ਉਹਦੇ ਕਰਕੇ ਬਾਕੀ ਉਰੇ ਵੀ ਪਿੱਪਲ ਪਿੱਪਲ ਜੰਮੀ ਜਾਂਦੇ ਆ ਨਗਰ ਪੀੜਾ ਆਪਣੇ ਬਾਈ ਹਲਾ ਦੇ ਪਿੱਪਲ ਜਿਹੜਾ ਅਤੇ ਕੋਲ ਮੱਛੀ ਦਾ ਨਾਲੀਆਂ ਨੂਲੀਆਂ ਸਾਰੀਆਂ ਆਪਾਂ ਸਾਫ਼ ਰੱਖੀ ਜੀ ਘਰਾਂ ਜਿਹੜਾ ਸੱਪ ਮਾੜਾ ਮੋਟਾ ਵੀ ਕੱਖ ਹੁੰਦਾ ਆਪਾਂ ਜਦੋਂ ਸਪਰੇਅ ਮਾਰ ਦੇ ਠੀਕ ਆ ਮਾੜਾ ਮਾੜਾ ਕੱਖ ਹੋਇਆ ਇਹ ਨਾਲ ਦੀ ਨਾਲ ਹੁਣ ਖਤਮ ਹੋ ਜੂਗਾ
ਇੰਨੇ ਕੁ ਵਾਰ ਸਪਰੇਅ ਮਾਰ ਦਿੰਦੇ ਆਪਾਂ, ਕਿਉਂਕਿ ਆਪਣੇ ਥੋੜ੍ਹੇ ਕੁ ਦਿਨ ਪਹਿਲਾਂ ਸੱਪ ਵੀ ਆ ਗਿਆ ਤਾ ਉੱਧਰ ਹੀਰੇ ਵੱਲ ਜਾਣ ਲੱਗਿਆ ਤਾ, ਅਤੇ ਉਹਦੇ ਕਰਕੇ ਹੁਣ ਆਪਾਂ ਕਸੂਸਰਾ ਨਹੀਂ ਜਮ੍ਹਾਂ ਵੀ ਹੁਣ ਦਿੰਦੇ, ਉਹ ਟਿਕਿਆ ਨਹੀਂ ਹੈਗਾ ਪਰ ਜਦੇ ਭੱਜ ਗਿਆ ਬਾਹਰ ਨਿਕਲ ਗਿਆ ਤਾ ਬਚਾਓ ਹੋ ਗਿਆ, ਅਤੇ ਤਾਂ ਕਰਕੇ ਫਿਰ ਆਪਾਂ ਸਫਾਈ ਸਫੂਈ ਘਰ ਦੀ ਬਾਈ ਪੂਰੀ ਰੱਖਦੇ ਹਾਂ। ਅਤੇ ਆ ਜਿਹੜੀ ਬਾਕੀ ਇੱਧਰ ਵੀ ਆਹ ਜੰਗਲੇ ਜੁੰਗਲੇ ਬਣਾਉਣੇ ਆ, ਅਤੇ ਆਹ ਵੀ ਆਪਾਂ ਨੇ ਗਲਾਈਆਂ ਗਲੂਈਆਂ ਹੀ ਦੇਣੀਆਂ ਨੇ, ਇਹ ਇਕੱਠਾ ਹੀ ਕੰਮ ਛੇੜਾਂਗੇ ਆਪਾਂ ਸਾਰਾ ਹੀ ਮਕਾਨ ਦਾ। ਤਾਂ ਜਦ ਤੱਕ ਆਪਾਂ ਹੁਣ ਸਫਾਈ ਆਪਾਂ ਨੇ ਪੂਰੀ ਰੱਖਣੀ ਘਰ ਦੀ, ਇੰਨਾ ਇੰਨਾ ਕੱਖ ਹੋਇਆ ਬਸ ਜਦੇ ਨਾਲ ਦੀ ਨਾਲ ਲਫੇੜਦੀ ਦਾ। ਬਾਕੀ ਬਾਈ ਜਿਹੜੀ ਆਹ ਜਗ੍ਹਾ ਆਪਣੀ, ਅਤੇ ਆਹ ਡੰਡਾ ਟੁੱਟ ਗਿਆ ਨਹੀਂ, ਵੇਲ ਚੜ੍ਹਾਈ ਵੀ ਤੇਰੇ ਕਰੇਲਿਆਂ ਦੀ, ਅਤੇ ਆਹ ਵੀ ਸਾਫ਼ ਸੁਥਰੀ ਰੱਖਦੇ ਕਿਉਂਕਿ ਆਪਾਂ ਗੋਬਰ ਗੈਂਸ ਚਲਾਉਂਦੇ ਬਾਈ, ਗੋਹਾ ਗੋਹਾ ਘੋਲਦੇ ਹਾਂ, ਉਹਦੇ ਕਰਕੇ ਇੱਕ ਸੂਸਰਾ ਜਿਹਾ ਨਹੀਂ ਰੱਖੀਦਾ, ਅਤੇ ਹੁਣ ਖਾਸਾ ਕੱਖ ਹੋ ਗਿਆ ਤਾਂ ਰੱਖਾ ਭੰਤਾ ਇਹਦਾ ਮਾਰ ਲਿਆ ਅੱਜ ਬਾਈ। ਕੱਲ੍ਹ ਆਪਾਂ ਨੇ ਸੌਦਾ ਇਹਨਾਂ ਨੂੰ 9:11 ਦਵਾ ਦਿੱਤਾ ਅਤੇ 35:11 ਇਹਦਾ ਨਾਲ ਵਿਖਾ ਦਿੱਤਾ। ਹੈਂ ਹਾਂ ਹਾਂ ਦੁਬਾਰੇ ਆ ਗਿਆ ਉਰੀ ਜਿਹੜਾ ਆਪਾਂ ਨੇ ਬਾਈ ਉਰੇ ਪੇਂਟ ਪੁੰਟ ਜਿਹਾ ਕਰਵਾਇਆ ਤਾ ਜਾਂ ਭੰਤ ਨੇ, ਉਹ ਟਰੈਕਟਰ ਆ 35:11 ਫੁੱਫੜ ਜੀ ਲੈ ਕੇ ਆਏ ਹਾਂ, ਇਹਨਾਂ ਨੂੰ 9:11 ਦਵਾ ਦਿੱਤਾ। ਅਤੇ ਬਾਕੀ ਸਾਨੂੰ ਦਿਖਾਉਂਦੇ ਉੱਧਰ ਟਰੈਕਟਰ ਵੀ ਮਿਲਾਉਂਦੇ ਹਾਂ ਜਾ ਕੇ, ਅਤੇ ਇੱਧਰ ਜਿਹੜਾ ਮਿਰਚਾਂ ਮੁਰਚਾਂ ਲਾਈਆਂ ਵੀਆਂ ਬਾਈ, ਆਹ ਹਲਦੀ ਲਾਈ ਤੀ ਜਿਹੜੀ ਆਪਣੀ, ਇਹ ਵੀ ਪੂਰੀ ਕਾਮਯਾਬ ਹੋ ਗਈ, ਸਾਰੀ ਹਲਦੀ ਲਾਈ ਹੋਈ ਤੀ। ਉਹ ਪਾਲੀ ਸਾਈਡ ਮੂੰਗੀ ਲਾਈ ਹੋਈ ਤੀ, ਉਹ ਵੀ ਆਪਾਂ ਨੇ ਫਲੀਆਂ ਤੋੜੀਆਂ ਪੂਰੀਆਂ, ਅਤੇ ਆਹ ਪਪੀਤੇ ਦੇ ਬੂਟੇ ਲਾਏ ਹੋਏ ਆ ਦੇਖੋ ਕਿੰਨੇ ਪਪੀਤੇ ਹੋ ਗਏ ਆਪਣੇ, ਜਿਹੜਾ ਬਾਈ ਆਪਾਂ ਮੁੱਲ ਤਾਂ ਲੈ ਕੇ ਆਉਂਦੇ ਹਾਂ ਖਾਣੇ ਵਾਸਤੇ ਪਪੀਤਾ, ਉਹੀ ਪਪੀਤਾ ਆਪਾਂ ਉਰੇ ਲਾ ਦਿੰਦੇ ਵੀ ਆਪਾਂ ਬਾਈ ਉਹਦੇ ਰਾਹੀਂ ਤਿਆਰ ਕਰਕੇ ਉਰੀ ਲਾ ਦਿੰਦੇ ਹਾਂ, ਜਿਹੜਾ ਆਪਾਂ ਲੈ ਕੇ ਆਉਂਦੇ ਹਾਂ ਬਸ ਜੂਠਾ ਨਹੀਂ ਕਰਨਾ ਹੁੰਦਾ, ਉਹਨੂੰ ਪਹਿਲਾਂ ਹੀ ਕੱਟ ਕੇ ਵਿੱਚੋਂ ਕੱਢ ਕੇ ਬੀਜ ਆਪਾਂ ਉਹ ਲਾ ਦਿੰਦੇ ਹਾਂ, ਅਤੇ ਉਹੀ ਤਿਆਰ ਹੋ ਜਾਂਦਾ। ਮੰਮੀ ਦੇ ਹੱਥ ਦਾ ਤਾਂ ਕੁਛ ਵੀ ਲਾ ਦਈਏ ਤਾਂ ਵਧੀਆ ਜਦੋਂ ਤਿਆਰ ਹੋ ਜਾਂਦਾ, ਅਤੇ ਤਾਂ ਕਰਕੇ ਉਰੇ ਮੰਮੀ ਵੀ ਬਾਈ ਕੰਮ ਲੱਗੀ ਰਹਿੰਦੀ ਵਿਹਲਿਆਂ ਨਾਲ, ਨਾਲੇ ਭਿੰਡੀਆਂ ਭੁੰਡੀਆਂ ਲਾਈਆਂ ਵੀ ਆਪਾਂ ਨੇ ਬਾਈ, ਆ ਦੇਖੋ ਭਿੰਡੀਆਂ ਉਤਰਦੀਆਂ, ਇਹ ਬੂਟੇ ਲੰਬੇ ਬਹੁਤ ਹੋ ਗਏ ਅਤੇ ਵੜਤੇ ਅਤੇ ਦੁਬਾਰੇ ਹੁਣ ਭਿੰਡੀਆਂ ਚੱਲ ਪਈਆਂ। ਅਤੇ ਬਾਕੀ ਆਹ ਅਤੇ ਉੱਧਰ ਸਾਗ ਪਾਲਕ ਪੂਲਕ ਹੀ ਲੱਗੀ ਵੀ ਆਪਾਂ ਨੂੰ ਵਿੱਚ, ਅਤੇ ਇੱਧਰ ਵੀ ਹੁਣ ਸਪਰੇਅ ਵਾਲਾ ਕੰਮ ਨਿਬੜ ਗਿਆ। ਆਹ ਸਾਈਡ ਤਾਂ ਫਿਰ ਮੱਛੀ ਚੁਗੀ ਜਾਂਦੀ ਹੈ, ਮੱਛੀ ਨੂੰ ਛੱਡ ਦਿੰਦੇ ਆਪਾਂ, ਮੱਛੀ ਖਾ ਲੈਂਦੀ ਉਹ ਬਾਹਰ ਘੁੰਮੇ ਆਉਂਦੀ ਆ, ਇਹ ਛੱਡਤਾ ਆਪਾਂ ਨੇ ਆਹ ਸਾਈਡ ਸਫਾਈ ਕਰਤੀ। ਉਰੇ ਲਾਏ ਹੋਏ ਪਾਲਕ ਮੇਥੀ ਮੂਥੀ ਬਈ ਸਾਰਾ ਕੁਛ ਇਹ 'ਚ, ਅਤੇ ਉਹ ਮਿਰਚਾਂ ਦਾ ਬੂਟਾ ਆਹ ਕੀ ਆ ਦੀ ਵੇਲ ਲਾਈ ਹੋਈ ਆ, ਆਹ ਆੜੂ ਲੱਗੇ ਹੋਏ ਆਪਣੇ, ਸਾਰਾ ਕੁਛ ਕਰਦਾ ਹੀ ਆਪਣੇ ਸਬਜ਼ੀਆਂ ਸੁਬਜ਼ੀਆਂ ਮਿਰਚਾਂ ਦੇਖੋ ਕਿੰਨੀਆਂ ਸੋਹਣੀਆਂ ਉਤਰਦੀਆਂ, ਮਿਰਚਾਂ ਦੇ ਬੂਟੇ ਆਹ ਪਪੀਤੇ ਬਈ ਉਹ ਪਰਾਂ ਵਾਲੇ ਪਰਤੇ ਹੁਣ ਚੱਲ ਰਹੇ ਹਾਂ, ਜਾਨੂੰ ਇਹਦੇ ਤਿਆਰ ਹੋ ਜਾਣੇ, ਛੇਕ ਆਪਾਂ ਇਹਦੇ ਹੀ ਪੀਂਦੇ ਬਾਈ ਡੇਲੀ ਪਪੀਤੇ ਦਾ।
ਆਹ ਪੱਕ ਗਿਆ ਹੁਣ ਪਪੀਤਾ, ਹੁਣ ਇਹਦਾ ਨੰਬਰ ਇੱਕ ਅਜੇ ਤੋੜ ਕੇ ਰੱਖਿਆ ਗਿਆ, ਉਹ ਪੀ ਕੇ ਨਿਬੇੜ ਕੇ ਚੱਲ ਫਿਰ ਇਹਦੀ ਵਾਰੀ, ਬਾਕੀ ਉੱਪਰ ਚੱਲੀ ਜਾਂਦਾ। ਨਾਲ ਦਰਖਤ ਸੋਹਣਾ ਲੱਗਦਾ ਬਈ, ਇਹ ਲੱਗਿਆ ਹੋਇਆ ਘਰ 'ਚ ਲਾਉਣਾ ਚਾਹੀਦਾ ਜੀ। ਇੱਕ ਉਹ ਤਿਆਰ ਹੋਇਆ ਹੋਇਆ, ਇੱਕ ਉਹ ਅੱਗੇ ਤਿਆਰ ਆ, ਬਾਕੀ ਸਿਰੇ ਤੱਕ ਲੈਣ ਇਹ ਸਾਰੀ ਪੱਟ ਕੇ ਆਪਾਂ ਨੇ ਸੈਟਿੰਗ ਕਰਕੇ ਲਾਵਾਂਗੇ। ਜਿਹੜੇ ਉਹ ਪਰਾਂ ਵਾਲੇ ਆ ਉਹਦਾ ਠੀਕ ਆ ਆਪਣੇ, ਅਤੇ ਬਾਕੀ ਇਹ ਪੰਪ ਰੱਖ ਦੀਆਂ, ਫਿਰ ਤੁਹਾਨੂੰ ਦਿਖਾਉਣੇ ਟਰੈਕਟਰ ਬੁਲਾਉਣੇ ਪੰਪ ਨਾਲ। ਆ ਗਿਆ ਭਾਈ 35-11 ਲਾਣੇ ਦਾਰ, ਇਹ ਆਪਣੇ ਪਿੰਡਾਂ ਕੋਲ ਤੋਂ ਹੀ ਗਿਆ ਵਾ ਬਾਈ, ਲਾਗਦੇ ਪਿੰਡ 'ਤੇ ਜੱਸਣਾ ਦੇ ਘਰ। ਕਿਵੇਂ ਆ ਕਿਆ ਹਾਲ ਹੈ? ਵਧੀਆ ਵਧੀਆ, ਵਧਾਈਆਂ ਕਰਤੀਆਂ, ਦੁਪਹਿਰ 'ਚ ਟਿਕਿਆ ਨਹੀਂ? ਦੁਪਹਿਰੇ ਹੀ ਟਿਕਿਆ। ਅਤੇ ਕੱਲ੍ਹ ਬਾਈ ਸੌਦਾ ਕਰਿਆ ਦਾ ਆਪਾਂ ਨੇ, ਅਤੇ ਉਹਨੂੰ ਵੀ ਰੰਗ ਕਰਾ ਲਈ ਪੰਥ ਟਰੈਕਟਰ ਨੂੰ, ਰੰਗ ਨਾਲ ਜ਼ਿੰਦਗੀ ਬਣ ਜਾਂਦੀ ਟਰੈਕਟਰ ਦੀ, ਕਹਿੰਦਾ ਸੀ ਉਹਨੂੰ ਵੀ ਸੀਜ਼ਨ ਲਾ ਕੇ ਨਾ ਫਿਰ ਰੰਗ ਕਰਾ ਲਈ ਬਾਈ। ਇਹ ਰੰਗ ਕਰਾਇਆ ਤਾ 35-11, ਬਾਕੀ ਇਹ ਸੇਲ ਵੀ ਆ ਜੇ ਤੁਸੀਂ ਲੈਣਾ ਬਾਈ ਕਿਸੇ ਵੀਰ ਭਰਾ ਨੇ ਤਾਂ ਦੇਖ ਲਿਓ। ਟਰੈਕਟਰ ਕੋਲ ਕੋਈ ਕਮੀ ਪੇਸ਼ੀ ਨਹੀਂ ਹੈਗੀ, ਸਾਰਾ ਐਨ ਓਕੇ ਆ, ਕੰਮ ਕਾਰ ਵਧੀਆ ਕਰਾਇਆ ਵਾ, ਸੰਭਾਲ ਬਹੁਤ ਹੀ ਮੁੰਡੇ ਦੀ ਇਹਦੀ, ਇਹ ਸਰਬਤ ਸੁਰਬਤ ਜਦੇ ਕਰਾ ਦਿੰਦਾ ਤਾਂ ਕਾਲ ਨਹੀਂ ਕਰਦਾ ਜਮਾਂ, ਹਾਂ ਟਰੈਕਟਰ ਦੀ ਲੀਕਿੰਗ ਨਹੀਂ ਕਿਤੇ ਕੁਛ ਨਹੀਂ, ਸਾਰਾ ਐਨ ਓਕੇ ਆ, ਸਾਰੇ ਹਰ ਇੱਕ ਕੰਮ ਦਿੰਦਾ। 7 ਫੁੱਟਾ ਰੂਟਾਵੀਟਰ ਪਾਉਂਦਾ ਮੁੰਡਾ ਇਹ, ਮਗਰ ਚਲਾਇਆ ਵਾ 7 ਫੁੱਟ ਹਨਾ ਚਲਾਉਂਦਾ ਇਹ, ਉਹ ਦੇਖ ਗਿਆ ਤਾਂ ਜੱਗੂ ਆ ਕੇ ਦੇਖ ਗਿਆ। ਬਾਕੀ ਬਾਈ ਜੱਗੂ ਨੇ ਜਿਹੜਾ ਬਲੌਗ 'ਚ ਪਾਇਆ ਉਹਦਾ 69-11, ਇਹ ਕਹਿੰਦਾ ਵੀ 69-11 ਲੈਣਾ ਵੀ ਤਾਂ ਟਰੈਕਟਰ ਨਾਲ ਬੜਾ ਹੋ ਜੂਗਾ, ਬੜਾ ਕੰਮ ਕਾਰ ਬਹੁਤ ਵਧੀਆ ਇਹਦਾ ਚੱਲੀ ਜਾਂਦਾ, ਕਿਰਾਏ ਕਰੂਏ ਦਾ ਬਥੇਰਾ ਚੱਲੀ ਜਾਂਦਾ ਪਿੰਡ, ਤਾਂ ਕਰਕੇ ਫਿਰ ਇਹ ਕਹਿੰਦਾ ਵੀ ਚੱਲ ਹੁਣ ਬਦਲ ਦਿੰਦੇ। ਕਿੰਨੇ ਸਾਲ ਹੋ ਗਏ ਟਰੈਕਟਰ ਨੂੰ ਇਹ, ਜਿੱਦਾਂ ਹੀ ਇਹਦਾ ਕੋਲ ਇਹੀ ਆ ਬਾਈ, ਭੈਣੀ 'ਤੇ ਲੱਤਾਂ ਪਿਆ ਦੇ ਬਾਪੂ ਨੇ, ਜਿੱਦਾਂ ਹੀ ਇਹੀ ਚੱਲਦਾ ਇਹਦਾ ਕੋਲ। ਬਾਕੀ ਟਰੈਕਟਰ ਤੁਸੀਂ ਦੇਖਿਆ ਹੋਵੇ ਵੀ ਇਹ ਜੱਗੇ ਨਾਲ ਬੁਲਾਓ, ਜੱਗੇ ਨਾਲ ਉਰੇ ਜ਼ਿਆਦਾ ਟਰੈਕਟਰ ਵਿੱਚ ਜਦ ਕਰਕੇ ਗਿਆ ਤਾ ਨਾ ਤੂੰ, ਗੰਨਾ ਗੁੰਨਾ ਤੂੰ ਹੀ ਬੀਜ ਕੇ ਗਿਆ ਤਾ, ਵਾਹੀ ਬੂਹੀ ਇਹਦੀ ਬਾਈ ਸਾਰੀ ਕਰਕੇ ਗਿਆ ਤਾ ਇਹ ਉਰੇ, ਚਲਾਇਆ ਆਪਾਂ ਨੇ ਵੀ ਟਰੈਕਟਰ ਬਹੁਤ ਸੋਹਣਾ ਚੱਲ ਟਰੈਕਟਰ ਚੱਲਦਾ, ਸੰਭਾਲ ਵੀ ਇੱਕ ਨੰਬਰ ਦੀ। ਲਾਣੇਦਾਰ ਲਿਖਿਆ ਉਮਰੇ ਧਾਕੜ 35-11, ਅਤੇ ਹੁਣ ਦੇਖਦੇ ਬਾਈ ਕਿੱਥੇ ਜਾਂਦਾ, ਜਿਹੜਾ ਲੈ ਕੇ ਜਾਊਂਗਾ ਯਾਦ ਕਰੂੰਗਾ ਆਪਾਂ ਟਰੈਕਟਰ ਨੂੰ, ਟਰੈਕਟਰ ਇੰਨਾ ਸੋਹਣਾ ਹੈ ਬਾਈ, ਅਤੇ ਜਿਹੜਾ 69-11 ਉਹ ਅੱਜ ਲੈ ਕੇ ਜਾਊਂਗਾ, ਅੱਜ ਲੈ ਜਾਣਾ ਭਾਈ, ਅੱਜ ਦਿਨ ਵੀ ਚੰਗਾ ਸੰਗਰਾਂਦ ਦਾ, ਤਾਂ ਕਰਕੇ ਭਾਈ ਅੱਜ ਇਹ ਆ ਗਏ, ਫੋਨ ਕਰੇ ਹਾਂ ਅਤੇ ਵਧੀਆ ਚੱਲ ਆ ਗਿਆ ਟਾਈਮ ਨਾਲ, ਮੈਂ ਵੀ ਹੁਣ ਚੱਲੇ ਜੀਦਾ ਉਹ ਬਾਈ ਨਾਲ ਜਾਣਾ ਤਾਂ ਮਨਿੰਦਰ ਨਾਲ, ਹਾਂ ਅਤੇ ਹੁਣ ਬਾਕੀ ਕਰਦੇ ਵਧਾਈਆਂ ਜੱਗੇ ਨਾਲੇ ਬਲੌਗ 'ਚ ਬਾਈ, ਦੇਖ ਲਿਓ ਤੁਸੀਂ ਟਰੈਕਟਰ ਅੱਜ ਲੈ ਕੇ ਆਉਣਾ ਹੁਣ ਇਹਨਾਂ ਨੇ, ਸ਼ਾਮ ਨੂੰ ਜਾਣਾ ਹੋਰ ਹੀ ਖੜਾ ਜੱਗੂ ਕੋਲੇ, ਆਹੋ ਇਹ ਖੜਾ ਜਾਣਾ ਕਰਾਂ, ਠੀਕ ਹੈ ਠੀਕ ਹੈ। ਬਾਕੀ ਬਾਈ ਜੇ ਟਰੈਕਟਰ ਟਰੂਟਰ ਵੇਚਣਾ ਹੋਇਆ ਜਾਂ ਖਰੀਦਣਾ ਹੋਇਆ ਹੈ ਨਾ ਜੱਗੂ ਕੋਲ ਇਹਨਾਂ ਨੇ ਜਾਣਾ, ਉਹ ਤਾਂ ਕਰ ਲਿਓ ਕੰਟੈਕਟ ਉਹਦੇ ਨਾਲ, ਯਾਰ ਟਰੈਕਟਰ ਦਾ ਸੌਦਾ ਕਰਨਾ, ਟਰੈਕਟਰ ਓਕੇ ਆ ਬਾਈ, ਟਰੈਕਟਰ 'ਚ ਕੋਈ ਕਮੀ ਪੇਸ਼ੀ ਨਹੀਂ, ਬਸ ਇਹ ਤਾਂ ਐਂ ਕਹਿੰਦਾ ਵੀ ਚੱਲ ਇੱਕ ਬੜਾ ਹੋ ਜੂੰਗਾ, ਪਹਿਲਾਂ 35-11 ਹੁਣ 69-11 ਆ ਜੂੰਗਾ, ਵੀ ਇਹਦਾ ਭਾਈ ਆ ਜੂ ਬੜਾ, ਤਾਂ ਕਰਕੇ ਫਿਰ ਹੁਣ ਬਦਲਿਆ ਥਾ, ਅਤੇ ਟਰੈਕਟਰ ਉਹ ਵੀ ਠੀਕ ਆ ਐਨ ਓਕੇ ਆ, ਟਰੈਕਟਰ ਉਹਦੀ ਵੀ ਲੀਕਿੰਗ ਲੂਕਿੰਗ ਨਹੀਂ, ਕੱਲ੍ਹ ਅਸੀਂ ਦੇਖ ਕੇ ਚਲਾ ਕੇ, ਹਾਂ ਸਾਰਾ ਕੁਛ ਓਕੇ ਆ ਨਾ, ਚੱਲ ਕਰਾ ਦੇ ਫਿਰ ਹੁਣ ਪਾਰਟੀ ਅੱਜ, ਠੀਕ ਆ, ਬਾਕੀ ਕੰਟੈਕਟ ਕਰ ਲਿਓ ਬਾਈ ਜੇ ਕਿਸੇ ਨੇ ਲੈਣਾ ਹੋਇਆ।